ਹਰ ਮਾਪਾ-ਮਾਪ ਆਪਣੀ ਬੱਚੇ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਉਹਨੂੰ ਚੰਗੀ ਸਿੱਖਿਆ ਦੇਣ ਵਾਸਤੇ ਸਕੂਲ ਕਾਲਜ ਦੇ ਵਿੱਚ ਭੇਜਦਾ ਹੈ ਅੱਜ ਬਾਹਰ ਜਾਣ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਯੋਗਦਾਨ ਹੈ ਆਸਟ੍ਰੇਲੀਆ ਔਰ ਕੈਨੇਡਾ ਦਾ ਹੈ ਲੋਕ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਜਾ ਕੇ ਪੜਨਾ ਚਾਹੁੰਦੇ ਆ ਚੰਗੀ ਸਿੱਖਿਆ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਪੀਆਰ ਲੈ ਕੇ ਨਾਗਰਿਕਤਾ ਲੈਣਾ ਚਾਹੁੰਦੇ ਨੇ ਜਦੋਂ ਬਾਹਰ ਜਾਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਨਾਮ ਕੈਨੇਡਾ ਜਾਂ ਆਸਟ੍ਰੇਲੀਆ ਦਾ ਆਂਦਾ ਹੈ ਇਹ ਦੋਵੇਂ ਹੀ ਪ੍ਰਧਾਨ ਮੁਲਕ ਨੇ ਜਦੋਂ ਅਸੀਂ ਬਾਹਰ ਜਾਣ ਦੀ ਗੱਲ ਕਰਦੇ ਆ ਆਪਣੇ ਬੱਚੇ ਨੂੰ ਬਾਹਰ ਭੇਜ ਕੇ ਚੰਗੀ ਸਿੱਖਿਆ ਦਿਵਾਣਾ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹਰ ਕੋਈ ਮਾਪੇ ਚਾਹੁੰਦਾ ਹੈ ਕਿ ਉਹਦਾ ਬੱਚਾ ਚੰਗੀ ਸਿੱਖਿਆ ਲੈ ਕੇ ਜ਼ਿੰਦਗੀ ਦੇ ਵਿੱਚ ਆਪਣੇ ਮਾਪੇ ਦਾ ਨਾਮ ਰੌਸ਼ਨ ਕਰੇ ਇਸ ਕਰਕੇ ਆਸਟ੍ਰੇਲੀਆ ਜਾਂ ਕੈਨੇਡਾ ਜਾਣ ਦੇ ਹਰ ਕੋਈ ਚਾਹਵਾਨ ਹੁੰਦਾ ਅੱਜ ਦੇ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਜਾਣਨਾ ਕਿ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਕਿਹੜੀ ਚੁਆਇਸ ਹੈ ਜਿੱਥੇ ਸਾਡਾ ਬੱਚਾ ਜਾ ਕੇ ਆਪਣੇ ਸੁਪਨੇ ਸਕਾਰ ਕਰ ਸਕਦਾ ਡਿਸੀਜਨ ਤੁਸੀਂ ਲੈਣਾ ਆਪਾਂ ਦੋਵੇਂ ਚੀਜ਼ਾਂ ਨੂੰ ਕਨਕਲੂਡ ਕਰਾਂਗੇ ਕਿ ਕਿਹੜੀਆਂ ਕਿੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਜਦੋਂ ਤੁਸੀਂ ਆਸਟ੍ਰੇਲੀਆ ਭੇਜਣਾ ਜਾਂ ਕੈਨੇਡਾ ਭੇਜਣਾ ਅੱਜ ਜਦੋਂ ਸਿੱਖਿਆ ਦੀ ਵਾਰੀ ਆਂਦੀ ਹੈ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੀ ਲੋਕ ਜਾਂਦੇ ਨੇ ਉਹ ਉੱਥੇ ਜਾ ਕੇ ਡਿਪਲੋਮੇ ਦੇ ਵਿੱਚ ਦਾਖਲਾ ਲੈਂਦੇ ਨੇ ਜਾਂ ਡਿਗਰੀ ਦੇ ਵਿੱਚ ਦਾਖਲਾ ਲੈਂਦੇ ਨੇ ਜਦੋਂ ਵੀਜ਼ੇ ਦੀ ਗੱਲ ਕਰਦੇ ਆ ਤਾਂ ਕੈਨੇਡਾ ਦੇ ਵਿੱਚ ਜ਼ਿਆਦਾਤਰ ਲੋਕ ਡਿਪਲੋਮਾ ਹੀ ਲੈਂਦੇ ਨੇ ਡਿਗਰੀ ਦੇ ਵਿੱਚ ਦਾਖਲਾ ਬਹੁਤ ਘੱਟ ਹੁੰਦਾ ਆਸਟ੍ਰੇਲੀਆ ਦੇ ਵਿੱਚ ਦਾਖਲਾ ਡਿਗਰੀ ਦੇ ਵਿੱਚ ਜ਼ਿਆਦਾ ਲਿੱਤਾ ਜਾਂਦਾ ਕਿਉਂਕਿ ਡਿਗਰੀ ਦੇ ਵਿੱਚ 3 ਸਾਲ ਦਾ ਪਹਿਲਾਂ ਤਾਂ ਵੀਜ਼ਾ ਮਿਲ ਜਾਂਦਾ ਔਰ ਵੀਜ਼ੇ ਦੇ ਚਾਂਸ ਡਿਗਰੀ ਦੇ ਵਿੱਚ ਅਪਲਾਈ ਕਰਨ ਨਾਲ ਜ਼ਿਆਦਾ ਹੁੰਦੇ ਨੇ 90% ਤੋਂ ਵੱਧ ਲੋਕ ਜਿਹੜੇ ਕਿ ਆਸਟ੍ਰੇਲੀਆ ਜਾਂਦੇ ਨੇ ਉਹ ਦਾਖਲਾ ਡਿਗਰੀ ਚ ਹੀ ਲੈਂਦੇ ਨੇ ਦੂਜੇ ਪਾਸੇ ਕੈਨੇਡਾ ਦੇ ਵਿੱਚ 90% ਦੇ ਆਸ-ਪਾਸ ਬੱਚੇ ਡਿਪਲੋਮਾ ਹੀ ਲੈਂਦੇ ਆ ਡਿਗਰੀ ਨਹੀਂ ਲੈਂਦੇ ਕਿਉਂ ਕਿ ਕਿਉਂਕਿ ਮਾਈਗ੍ਰੇਸ਼ਨ ਪਾਲਿਸੀ ਉਸ ਹਿਸਾਬ ਦੇ ਨਾਲ ਡਿਜ਼ਾਈਨ ਹੋਈਦੀ ਹੈ ਕਿ ਜਿਹੜਾ ਵੀ ਕੈਨੇਡਾ 'ਚ ਜਾਏਗਾ ਉਹਨੂੰ ਸਾਲ 2 ਸਾਲ ਦੀ ਪੜ੍ਹਾਈ ਤੋਂ ਬਾਅਦ ਪੀਆਰ ਦੇ ਦਿੱਤੀ ਜਾਏਗੀ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਤੁਹਾਨੂੰ ਡਿਗਰੀ ਕਰਨੀ ਪੈਂਦੀ ਹੈ ਜਾਂ ਬੈਚਲਰ ਜਾਂ ਮਾਸਟਰ ਫੇਰ ਹੀ ਤੁਹਾਡੇ ਪੀਆਰ ਦੇ ਪੁਆਇੰਟ ਬਣਦੇ ਨੇ ਦੇਖਣ ਵਾਲੀ ਗੱਲ ਇਹ ਆ ਵੀ ਇਹ ਦੋਵਾਂ ਕੰਟਰੀਆਂ ਨੇ ਕੀ ਖੇਡ ਰਚਾਈ ਆ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਤਾਂ ਜ਼ਿਆਦਾਤਰ ਬੱਚੇ ਬੈਚਲਰ ਡਿਗਰੀ ਕਰਦੇ ਨੇ ਜਾਂ ਮਾਸਟਰ ਕਰਦੇ ਨੇ ਜਿਹੜਾ ਕੋਈ ਬੈਚਲਰ ਡਿਗਰੀ ਮਾਸਟਰ ਡਿਗਰੀ ਕਰ ਲੈਂਦਾ ਉਹ ਸਿੱਖਿਆ ਚੰਗੀ ਜ਼ਰੂਰ ਹਾਸਲ ਕਰ ਲੈਂਦਾ ਜਿਹੜੀ ਚੀਜ਼ ਦੀ ਕੈਨੇਡਾ ਦੇ ਵਿੱਚ ਅਕਸਰ ਕਮੀ ਰਹਿੰਦੀ ਹੈ ਕਿ ਕੈਨੇਡਾ ਦੇ ਵਿੱਚ ਜਾਣ ਵਾਲੇ ਬੱਚੇ ਕਾਮਯਾਬ ਤਾਂ ਹੋ ਜਾਂਦੇ ਨੇ ਪਰ ਪੜ੍ਹਾਈ ਤੱਕ ਨਹੀਂ ਪਹੁੰਚ ਪਾਉਂਦੇ ਤੇ ਜੇ ਤਾਂ ਤੁਸੀਂ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦੇ ਹੋ ਚਾਹੁੰਦੇ ਹੋ ਬੱਚਾ ਬੈਚਲਰ ਡਿਗਰੀ ਮਾਸਟਰ ਡਿਗਰੀ ਕਰੇ ਤਾਂ ਇਦਾਂ ਦੇ ਬੱਚੇ ਜ਼ਿਆਦਾਤਰ ਆਸਟ੍ਰੇਲੀਆ ਨੂੰ ਚੂਜ਼ ਕਰਦੇ ਨੇ ਦੂਸਰੀ ਗੱਲ ਜਾਂਦਾ ਜਲਵਾਯੂ ਵਾਤਾਵਰਨ -40 ਡਿਗਰੀ ਟੈਂਪਰੇਚਰ ਕੈਨੇਡਾ ਦੇ ਵਿੱਚ ਨਾਰਮਲ ਹੈ ਬਹੁਤ ਸਾਰੇ ਬੱਚੇ ਸਰੀਰਿਕ ਪੱਖੋਂ ਕਮਜ਼ੋਰ ਹੁੰਦੇ ਨੇ ਠੰਡ ਨਹੀਂ ਸਹਿ ਸਕਦੇ ਸਾਡੇ ਪੰਜਾਬ ਦੇ ਵਿੱਚ ਉਹਨੀ ਠੰਡ ਨਹੀਂ ਪੈਂਦੀ ਜਿੰਨੀ ਕੈਨੇਡਾ ਦੇ ਵਿੱਚ ਪੈਂਦੀ ਹੈ ਤੇ ਜੇ ਤਾਂ ਤੁਹਾਡਾ ਬੱਚਾ ਠੰਡੇ ਮੁਲਕ ਦੇ ਵਿੱਚ ਰਹਿਣਾ ਚਾਹੁੰਦਾ ਤੁਸੀਂ ਚਾਹਦੇ ਹੋ ਵੀ ਬੱਚਾ ਤੁਹਾਡਾ ਠੰਡ ਸਹਿ ਸਕਦਾ ਤਾਂ ਫਿਰ ਤਾਂ ਤੁਸੀਂ ਕੈਨੇਡਾ ਭੇਜ ਸਕਦੇ ਹੋ ਬਟ ਜੇ ਭਾਰਤ ਵਰਗਾ ਮਾਹੌਲ ਚਾਹਦੇ ਹੋ ਜਲਵਾਯੂ ਇਦਾਂ ਦੀ ਚਾਹਦੇ ਹੋ ਕੀ ਬੱਚਾ ਠੰਡ ਤੋਂ ਵੀ ਦੂਰ ਰਹੇ ਬੱਚਾ ਮੌਸਮ ਵੀ ਹਰ ਤਰ੍ਹਾਂ ਦਾ ਭੋਗ ਲਵੇ ਤਾਂ ਫਿਰ ਤਾਂ ਆਸਟ੍ਰੇਲੀਆ ਦੇ ਵਿੱਚ ਮੌਸਮ ਅਕਸਰ ਬਿਹਤਰ ਹੁੰਦਾ ਪੈਸੇ ਕਮਾਉਣ ਦੀ ਗੱਲ ਆ ਤਾਂ ਆਸਟ੍ਰੇਲੀਆ ਦੇ ਵਿੱਚ 25 ਡਾਲਰ ਤੋਂ ਬੱਚਾ ਸ਼ੁਰੂ ਕਰਦਾ ਤੇ ਕੈਨੇਡਾ ਦੇ ਵਿੱਚ 20 ਡਾਲਰ ਤੱਕ ਆ ਕੇ ਕੰਮ ਖਤਮ ਹੋ ਜਾਂਦਾ ਪਾਰਟ ਟਾਈਮ ਜੌਬਸ ਅਵੇਲੇਬਲ ਨੇ ਆਸਟ੍ਰੇਲੀਆ 'ਚ ਵੀ ਕੈਨੇਡਾ 'ਚ ਵੀ ਦੋਵੇਂ ਮੁਲਕ ਪੜੇ ਵਧੀਆ ਨੇ ਬਟ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਪੁਆਇੰਟ ਆਸਟ੍ਰੇਲੀਆ ਥੋੜੇ ਜਿਹਾ ਜ਼ਿਆਦਾ ਲੈ ਜਾਂਦਾ ਕਿਉਂਕਿ ਪੜ੍ਹਾਈ ਦੇ ਨਾਲ ਕੰਮ ਕਰਨ ਵਾਲੇ ਬੱਚੇ 5-5 ਲੱਖ ਰੁਪਈਆ ਵੀ ਮਹੀਨੇ ਦਾ ਕਮਾ ਲੈਂਦੇ ਨੇ ਆਸਟ੍ਰੇਲੀਆ ਇਦਾਂ ਦੀਆਂ ਚੀਜ਼ਾਂ ਕੈਨੇਡਾ 'ਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਅਗਲੀ ਚੀਜ਼ ਹੁੰਦੀ ਹੈ ਮਾਈਗ੍ਰੇਸ਼ਨ ਪੀਆਰ ਪੀਆਰ ਦੇ ਪਾਸੋਂ ਜ਼ਰੂਰ ਕੈਨੇਡਾ ਦੇ ਵਿੱਚ ਥੋੜੇ ਪੁਆਇੰਟ ਜ਼ਿਆਦਾ ਨੇ ਕਿਉਂਕਿ ਕੈਨੇਡਾ ਦੇ ਵਿੱਚ ਮੇਲ ਜੋਲ ਕਰਕੇ ਕਿਤੇ ਨਾ ਕਿਤੇ ਬੰਦੇ ਦੀ ਪੀਆਰ ਹੋ ਹੀ ਜਾਂਦੀ ਹੈ ਕੁਟਾ ਆਪਨ ਕਰਕੇ ਕੋਈ ਨਾ ਕੋ ਬੰਦਾ ਕਿਸੇ ਤਰੀਕੇ ਕੋ ਜੌਬ ਲੈਟਰ ਕੋ ਐਲ ਐਮ ਆਈ ਕੋ ਲੈਟਰਮ ਬਟਰਮ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਪੀਆਰ ਲੈਣੀ ਥੋੜੀ ਜੀ ਸੋਕੀ ਆ ਤੇ ਆਸਟ੍ਰੇਲੀਆ ਦੇ ਵਿੱਚ ਪੀਆਰ ਲੈਣੀ ਥੋੜੀ ਔਖੀ ਆ ਜਿੱਥੇ ਤੱਕ ਲਾਈਫ ਸਟਾਈਲ ਦੀ ਗੱਲ ਆ ਤੇ ਕੈਨੇਡਾ ਦੇ ਵਿੱਚ ਅਕਸਰ ਤੁਸੀਂ ਸੁਣਿਆ ਹੋਣਾ ਕਿ ਸਟੂਡੈਂਟ ਦਾ ਜਿਹੜਾ ਰਹਿਣ ਸਹਿਣ ਆ ਉਹ ਤਾਂ ਵਧੀਆ ਨਹੀਂ ਹੁੰਦਾ ਤੇ ਜ਼ਿਆਦਾਤਰ ਸਟੂਡੈਂਟ ਬੇਸਮੈਂਟ ਦੇ ਵਿੱਚ ਰਹਿੰਦੇ ਆ ਘਰਾਂ ਦੇ ਵਿੱਚ ਬੇਸਮੈਂਟ ਹੁੰਦੀ ਆ ਗਰਾਉਂਡ ਫਲੋਰ ਫਸਟ ਫਲੋਰ ਹੁੰਦਾ ਤੇ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟ ਬੇਸਮੈਂਟਾਂ ਕਿਰਾਏ ਤੇ ਲੈ ਕੇ ਦਿੰਦੇ ਆ ਜਦੋਂ ਇਦਾਂ ਦਾ ਹੀ ਅਸੀਂ ਲਾਈਫਸਟਾਈਲ ਆਸਟ੍ਰੇਲੀਆ ਦੇਖਦੇ ਆ ਉੱਥੇ ਹਰ ਸਟੂਡੈਂਟ ਆਪਦਾ ਘਰ ਲੈ ਕੇ ਰਹਿਦਾ ਵਾ ਔਰ ਹਰ ਕਿਸੇ ਕੋਲ ਆਪਦੀ ਗੱਡੀ ਹੁੰਦੀ ਹੈ ਕਿਉਂਕਿ ਜਿਹੜਾ ਪੈਸੇ ਕਮਾਣ ਵਾਲਾ ਸਿਸਟਮ ਉਹ ਥੋੜਾ ਜਆ ਵਧੀਆ ਵਾ ਆਸਟ੍ਰੇਲੀਆ ਦੇ ਵਿੱਚ ਇੱਕ ਨਾਰਮਲ ਸਟੂਡੈਂਟ ਵੀ ਆਪਣੀ ਕਾਰ ਅਫੋਰਡ ਕਰ ਲੈਂਦਾ ਵਾ ਪੜਾਈ ਦੇ ਨਾਲ ਦੀ ਨਾਲ ਆਪਦੀ ਫੀਸਾਂ ਵੀ ਲਾ ਲੈਂਦਾ ਲਾਸਤਿਆਂ ਦਾ ਕਿ ਤੁਸੀਂ ਪੈਸੇ ਕਿੰਨੇ ਕਮਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਤੁਸੀਂ 6 ਮਹੀਨੇ ਦੀ ਫੀਸ ਤਾਰ ਕੇ ਜਾਂਦੇ ਹੋ ਤੇ ਅਗਲੀਆਂ ਫੀਸਾਂ ਤੁਸੀਂ ਉੱਥੇ ਕਮਾ ਕੇ ਹੀ ਦੇਈ ਜਾਂਦੇ ਹੋ ਤੇ ਕੈਨੇਡਾ ਜੇ ਤੁਸੀਂ 2 ਸਾਲ ਦਾ ਵੀ ਡਿਪਲੋਮਾ ਲਿਆ ਤਾਂ 2 ਸਾਲ ਤੱਕ ਤੁਹਾਨੂੰ ਪੈਸੇ ਘਰ ਦੇਆਂ ਕੋਲੋਂ ਹੀ ਮੰਗਾਣੇ ਪੈਂਦੇ ਆ ਮੁਲਕ ਦੋਵੇਂ ਬਹੁਤ ਵਧੀਆ ਨੇ ਡਿਸੀਜਨ ਤੁਸੀਂ ਲੈਣਾ ਕਿਉਂਕਿ ਜਦੋਂ ਕੈਨੇਡਾ ਭੇਜਣ ਦੀ ਵਾਰੀ ਆਉਂਦੀ ਹੈ ਤਾਂ ਫਿਰ ਤਾਂ ਲੈਣ ਲੱਗੀ ਪਈ ਆ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਘਰੋਂ ਬਾਹਰ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਏਜੰਟਾ ਉੱਥੋਂ ਅਪਲਾਈ ਕਰਨਾ ਜਾਂ ਤਹਿਸੀਲ ਦੇ ਵਿੱਚ ਆ ਜਾਂ ਜ਼ਿਲ੍ਹੇ ਦੇ ਵਿੱਚ ਆ ਤੇ ਜਦੋਂ ਆਸਟ੍ਰੇਲੀਆ ਦਾ ਅਪਲਾਈ ਕਰਨਾ ਫਿਰ ਤਾਂ ਲੱਭਣਾ ਹੀ ਪਊਗਾ ਕੋਈ ਕਿਉਂਕਿ ਹਰ ਕੋਈ ਆਸਟ੍ਰੇਲੀਆ ਦਾ ਕੰਮ ਨਹੀਂ ਕਰਦਾ ਇਹ ਟੇਢੀ ਖੀਰ ਆ ਹਰ ਕਿਸੇ ਦੇ ਬਸਦੀ ਨਹੀਂ ਹੈਗੀ ਤੇ ਜੇ ਚਾਹਦੇ ਆ ਆਸਟ੍ਰੇਲੀਆ ਜਾਣਾ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਅੱਗੇ ਡਿਸੀਜਨ ਤੁਸੀਂ ਲੈਣਾ ਤੁਸੀਂ ਕੈਨੇਡਾ ਜਾਣਾ ਜਾਂ ਤੁਸੀਂ ਆਸਟ੍ਰੇਲੀਆ ਜਾਣਾ ਅਸੀਂ ਦੋਵੇਂ ਕੰਟਰੀਆਂ ਦਾ ਕੰਮ ਕਰਦੇ ਆ ਚੁਆਇਸ ਤੁਹਾਡੀ ਹੋਣੀ ਚਾਹੀਦੀ ਆ ਤੁਸੀਂ ਕੀ ਕਰਨਾ ਜੇ ਤਾਂ ਕੋਈ ਰਿਸ਼ਤੇਦਾਰ ਭੈਣ ਭਰਾ ਤੁਹਾਡਾ ਕੈਨੇਡਾ ਪੱਕਾ ਜਿਹੜਾ ਵਾਜਾ ਮਾਰਦਾ ਰੋਜ਼ ਕੀ ਆ ਜਾ ਭਾਈ ਤੈਨੂੰ ਪੱਕਾ ਕਰਾ ਦਾਂਗੇ ਤੈਨੂੰ ਕੰਮ ਤੇ ਵੀ ਲਵਾ ਦਾਂਗੇ ਤਾਂ ਜਰੂਰ ਇਹੋ ਜੇ ਰਿਸ਼ਤੇਦਾਰ ਭੈਣ ਭਰਾ ਕੋ ਚਲੇ ਜੋ ਬਟ ਜੇ ਕੋਈ ਨਹੀਂ ਹੈਗਾ ਤੁਹਾਡਾ ਫਿਰ ਕੋਸ਼ਿਸ਼ ਕਰੋ ਆਸਟ੍ਰੇਲੀਆ ਨੂੰ ਵੀ ਥੋੜਾ ਜਿਹਾ ਝਾਤ ਮਾਰ ਕੇ ਦੇਖੋ ਇੱਕ ਵਧੀਆ ਮੁਲਕ ਹੈ ਜਿੱਥੇ ਬੜਾ ਵਧੀਆ ਰੋਜ਼ਗਾਰ ਦੇ ਸਾਧਨ ਨੇ ਚੰਗੀ ਸਿੱਖਿਆ ਸਭ ਤੋਂ ਪਹਿਲਾਂ ਦਾ ਆਸਟ੍ਰੇਲੀਆ ਜਾਣ ਵਾਲਾ ਬੈਚਲਰ ਡਿਗਰੀ ਕਰੂਗਾ ਹੀ ਕਰੂਗਾ ਕਿਉਂਕਿ ਉਹਦੇ ਬਿਨਾਂ ਉਹਦੇ ਪੁਆਇੰਟ ਨਹੀਂ ਬਣਨੇ ਤੇ ਬਾਈ ਡਿਫਾਲਟ ਜਦੋਂ ਤੁਸੀਂ ਬੈਚਲਰ ਜਾਂ ਮਾਸਟਰਸ ਕਰਦੇ ਹੋ ਤਾਂ ਫਿਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਬਾਕੀ ਡਿਸੀਜਨ ਤੁਸੀਂ ਆਪ ਲੈਣਾ ਮੁਲਕ ਦੋਵੇਂ ਹੀ ਬਹੁਤ ਵਧੀਆ ਨੇ ਅਸੀਂ ਦੋਵੇਂ ਜਗ੍ਹਾ ਭੇਜਦੇ ਹਾਂ ਔਰ ਪੈਸੇ ਲੈਂਦੇ ਆ ਵੀਜ਼ਾ ਲੱਗਦਾ ਧੰਨਵਾਦ ਜੈਸ਼ਰੀ